ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰਿਓ ਪਿਛਲੀ ਵੀਡੀਓ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਉਹ ਵਾਹਿਗੁਰਜੀ ਨੇ ਇਹ ਦੁਨੀਆ ਕਿਉਂ ਬਣਾਈ ਇਦੇ ਵਿੱਚੋਂ ਬੜੇ ਸਵਾਲ ਪੈਦਾ ਹੁੰਦੇ ਨੇ ਬਹੁਤ ਸਵਾਲ ਪੈਦਾ ਹੁੰਦੇ ਨੇ ਇਹਦੇ ਵਿੱਚੋਂ ਸਵਾਲ ਸਾਡੇ ਕੋਲ ਆਏ ਵੀ ਨੇ ਕਿਉਂਕਿ ਇਹ ਸਬਜੈਕਟ ਹੀ ਐਸਾ ਹੈ ਇਹ ਵਿਸ਼ਾ ਹੀ ਐਸਾ ਹੈ ਇਹਦੇ ਉੱਤੇ ਬੋਲਣਾ ਬਹੁਤ ਸੋਚ ਸਮਝ ਕੇ ਬੋਲਣਾ ਕਿਉਂਕਿ ਵੱਧ ਘੱਟ ਬੋਲਿਆ ਗਿਆ ਤਾਂ ਕਿਸੇ ਨੂੰ ਪਟਕਣਾ ਪੈ ਸਕਦਾ ਹੈ ਕਿਉਂਕਿ ਸਾਡੇ ਗ੍ਰੰਥਾਂ ਵਿੱਚ ਜੋ ਬੋਲਿਆ ਗਿਆ ਉਹ ਸੱਚ ਬੋਲਿਆ ਗਿਆ ਪਰ ਅੱਗੇ ਵਿਆਖਿਆਕਾਰਾਂ ਨੇ ਉਹਨਾਂ ਗ੍ਰੰਥਾਂ ਦੀ ਵਿਆਖਿਆ ਅਲੱਗ-ਅਲੱਗ ਤਰੀਕੇ ਨਾਲ ਆਪਣੀ ਬਿਰਤੀ ਦੇ ਮੁਤਾਬਕ ਕੀਤੀ ਜਿੱਥੋਂ ਗੁਰੂ ਨਾਨਕ ਬੋਲਦੇ ਨੇ ਵਿਆਖਿਆ ਵੀ ਉੱਥੇ ਹੀ ਕੀਤੀ ਜਾ ਸਕਦੀ ਹੈ ਜਿੱਥੋਂ ਕ੍ਰਿਸ਼ਨ ਮਹਾਰਾਜ ਬੋਲਦੇ ਨੇ ਵਿਆਖਿਆ ਵੀ ਉਸੇ ਹਿਰਦੇ ਵਿੱਚੋਂ ਕੀਤੀ ਜਾ ਸਕਦੀ ਆ। ਵੈਸਾ ਹਿਰਦਾ ਹੀ ਹੋਵੇ। ਉਹ ਹਿਰਦਾ ਹੁੰਦਾ ਸੰਤ ਦਾ। ਸੰਤ ਉੱਥੇ ਹੀ ਬੋਲਦਾ ਜਿੱਥੋਂ ਗੁਰੂ ਬੋਲਦਾ। ਇਸ ਕਰਕੇ ਮਹਾਪੁਰਸ਼ਾਂ ਕੋਲੇ ਜਿਹੜੇ ਸੰਤ ਮਹਾਪੁਰਸ਼ ਪੂਰਨ ਮਹਾਪੁਰਸ਼ ਸਾਧਨ ਸੰਪੰਨ ਉਸ ਥਲ ਤੇ ਪਹੁੰਚੇ ਹੋਏ ਉਸ ਅਨੁਭਵ ਵਿੱਚ ਪਹੁੰਚੇ ਹੋਏ ਉਨ੍ਹਾਂ ਦੇ ਸੰਗਤ ਵਿੱਚੋਂ ਐਸੇ ਹੀਰੇ ਲਾਲ ਬਚਨ ਲੱਭਿਆ ਕਰਦੇ ਆ ਜੇਕਰ ਤੁਸੀਂ ਕਹੋਗੇ ਵੀ ਇਹ ਵੀਡੀਓ ਬਣਾਉਣ ਦਾ ਮਕਸਦ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਾਡਾ ਮਕਸਦ ਕੋਈ ਵਾਵਾ ਲੈਣ ਦਾ ਜਾਂ ਕੋਈ ਵਿਊ ਲੈਣ ਦਾ ਤੁਸੀਂ ਬਹੁਤ ਪਿਆਰ ਨਾਲ ਕਮੈਂਟ ਕਰਦੇ ਹੋ ਤੁਸੀਂ ਬਹੁਤ ਅੱਛਾ ਲਿਖਦੇ ਹੋ ਪਰ ਦਾਸ ਦਾ ਇਸ ਵੱਲ ਧਿਆਨ ਨਹੀਂ ਹੈ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਮੇਰਾ ਇਸ ਪਾਸੇ ਧਿਆਨ ਨਹੀਂ ਹੈ ਮੇਰਾ ਧਿਆਨ ਹੈ ਕਿ ਜੋ ਇਸ ਵੀਡੀਓ ਵਿੱਚ ਬਚਨ ਆ ਰਹੇ ਨੇ ਉਹ ਅਸੀਂ ਸੁਣ ਕੇ ਵਿਚਾਰ ਕੇ ਮੰਨ ਕੇ ਉਹਨਾਂ ਦੇ ਉੱਤੇ ਆਪਣੇ ਮਨ ਨੂੰ ਲਾ ਦਈਏ ਆਪਣੇ ਆਪ ਨੂੰ ਲਾ ਦਈਏ ਨਟੋਤੇ ਬਹੁਤ ਵੀਡੀਓ ਚਲਦੀਆਂ ਨੇ ਮਹਾਪੁਰਸ਼ਾਂ ਦੀਆਂ ਸੰਤਾਂ ਦੀਆਂ ਦਾਸ ਨੂੰ ਕਿ ਲੋੜ ਪੈ ਗਈ ਦਾਸ ਦੀ ਡਿਊਟੀ ਹੈ ਸਾ ਡਿਊਟੀ ਲੱਗੀ ਹੈ ਮਹਾਪੁਰਸ਼ਾਂ ਵੱਲੋਂ ਦਾਸ ਨੇ ਤਕਰੀਬਨ 20-25 ਸਾਲ ਹੋ ਗਏ ਜਿੱਥੇ ਆਪਣਾ ਕੰਮਕਾਰ ਕਰਦਾ ਉਹਦੇ ਨਾਲ ਗੁਰਬਾਣੀ ਕੀਰਤਨ ਕਥਾ ਸੰਗਤਾਂ ਵਿੱਚ ਵਿਚਰਦਾ ਹੈ ਤੇ ਸੰਗਤਾਂ ਨਾਲ ਜੁੜਨ ਦਾ ਸਭ ਤੋਂ ਵਧੀਆ ਪਲੇਟਫਾਰਮ ਹੁਣ ਇਹ ਸੋਸ਼ਲ ਮੀਡੀਆ ਹੈ ਫੇਸਬੁੱਕ YouTube ਹੋਰ ਜੋ ਵੀ ਚੈਨਲ ਨੇ ਤੋਂ ਇਸ ਕਰਕੇ ਸੰਗਤਾਂ ਨਾਲ ਨੇੜਿਓਂ ਜੁੜਿਆ ਜਾਂਦਾ ਹੈ ਔਰ ਕਿਸੇ ਨੂੰ ਵੀ ਇਹ ਵੀਡੀਓ ਪ੍ਰਾਪਤ ਹੋ ਕੇ ਕੋਈ ਕਿਸੇ ਦਾ ਵੀ ਭਲਾ ਹੋ ਜਾਵੇ ਉਹਨੂੰ ਰਸਤਾ ਮਿਲ ਜਾਵੇ ਗੁਰਬਾਣੀ ਦੀ ਸਹੀ-ਸਹੀ ਵਿਚਾਰ ਜੋ ਮਹਾਪੁਰਸ਼ਾਂ ਦੇ ਰਾਹੀ ਦਾਸ ਕੋਲ ਪਹੁੰਚੀ ਉਹ ਮਿਲ ਜਾਵੇ ਇਹ ਸਾਡਾ ਮਕਸਦ ਹੈ ਸੋ ਆਓ ਇਹਦਾ ਦੂਸਰਾ ਭਾਗ ਆਪਾਂ ਜੀ ਸ਼ੁਰੂ ਕਰੀਏ ਵੀ ਇਹ ਜੋ ਦੁਨੀਆ ਬਣਾਈ ਹੈ ਪਰਮੇਸ਼ਰ ਨੇ ਕੀ ਸੱਚਮੁੱਚ ਇਹ ਦੁਨੀਆ ਇਦਾ ਜਵਾਬ ਹੈ ਇਹ ਦੁਨੀਆ ਨਹੀਂ ਹੈ ਕੀ ਹੈ ਇਹ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ ਹਰ ਰੂਪ ਨਦਰੀ ਆਇਆ ਜਦੋਂ ਵੀ ਕਿਸੇ ਭਾਗਾਂ ਵਾਲੇ ਨੂੰ ਸੱਚ ਦੇ ਦਰਸ਼ਨ ਹੋ ਜਾਂਦੇ ਨੇ ਉਹ ਇਹੀ ਕਹਿੰਦਾ ਕਿ ਇਹ ਦੁਨੀਆ ਨਹੀਂ ਹੈ ਇਹ ਸੰਸਾਰ ਨਹੀਂ ਹੈ ਇਹ ਤਾਂ ਮੇਰਾ ਪਿਆਰਾ ਹੀ ਹਰ ਪਾਸੇ ਜਤ ਰਤ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ ਉਹ ਕਹਿੰਦੇ ਮੇਰਾ ਪਿਆਰਾ ਹੀ ਹਰ ਦਿਸ਼ਾ ਵਿੱਚ ਪਿਆਰ ਰੂਪ ਹੋ ਕੇ ਫੈਲਿਆ ਹੋਇਆ ਉਸ ਇੱਕ ਨੇ ਅਨੇਕਾ ਰੂਪ ਬਣਾਏ ਪਰ ਹੈ ਉਹ ਇੱਕ ਹੀ ਆਪ ਹੀ ਹੈ ਦੂਜਾ ਕੋਈ ਆਇਆ ਹੀ ਨਹੀਂ ਇੱਥੇ ਜਦੋਂ ਮਹਾਪੁਰਸ਼ ਅਮਰੀਕਾ ਗਏ ਇੱਕ ਵਾਰੀ ਤਾਂ ਉੱਥੇ ਗੁਰੂ ਘਰ ਅੰਦਰ ਵੜਨ ਲੱਗੇ ਤਾਂ ਸਾਹਮਣੇ ਲਿਖਿਆ ਸੀ ਇੱਕ ਓਮਕਾਰ ਤੇ ਨਿਚੇ ਉਹਦਾ ਅਰਥ ਲਿਖਿਆ ਸੀ ਇੰਗਲਿਸ਼ ਵਿੱਚ ਗੋਡ ਇਜ਼ ਵਨ ਮਹਾਪੁਰਸ਼ਾਂ ਨੇ ਪੜਿਆ ਉਹਨਾਂ ਆਪ ਵੀ ਅਰਥ ਕਰਾਂਗੇ ਗੋਡ ਇਜ਼ ਵਨ ਰੱਬ ਇੱਕ ਹੈ ਇੱਕ ਓਮਕਾਰ ਤਾਂ ਮਹਾਪੁਰਸ਼ਾਂ ਨੇ ਜਾ ਕੇ ਉੱਥੇ ਜਦੋਂ ਕੀਰਤਨ ਸ਼ੁਰੂ ਕੀਤਾ ਕਹਿੰਦੇ ਭਾਈ ਅਸੀਂ ਸਾਡੇ ਗੁਰੂ ਘਰ ਜੋ ਬਿਲਡਿੰਗ ਬਣੀ ਆ ਉੱਤੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਇੱਕ ਓੰਕਾਰ ਥੱਲੇ ਅਰਥ ਲਿਖਿਆ ਹੈ ਗੋਡ ਇਜ਼ ਵਨ ਇਹ ਭਾਈ ਨਹੀਂ ਹੈ ਇਥੋਂ ਰਸਤਾ ਨਹੀਂ ਮਿਲਣਾ ਰੱਬ ਇੱਕ ਹੈ ਸਾਰੇ ਇੱਕ ਨੇ ਕੋਈ ਹਾਕਮ ਜੇ ਨਾਲ ਮਿਲਦਾ ਸਾਰੇ ਇੱਕ ਨੇ ਕੱਢ ਕੇ ਦਿਖਾਓ ਆ ਰੱਬ ਇੱਕ ਨਹੀਂ ਹੈ ਕਹਿੰਦੇ ਇਹਦਾ ਅਰਥ ਹੈ ਭਾਈ ਉਹੀ ਹੈ ਦੂਜਾ ਕੋਈ ਹੋਰ ਹੈ ਨਹੀਂ ਉਹੀ ਹੈ ਬਸ ਉਹ ਆਪ ਹੀ ਹੈ ਆਪਣੀ ਖੇਡ ਖੇਡ ਰਿਹਾ ਹੈ ਇੱਕ ਤੋਂ ਅਨੇਕ ਹੋ ਕੇ ਦੂਜਾ ਕੋਈ ਹੋ ਰਾਇਆ ਹੀ ਨਹੀਂ ਪੰਜਾਂ ਤੱਤਾਂ ਵਿੱਚ ਵੀ ਆਪ ਹੈ ਤੇ ਜਿਹੜਾ ਇਹਦੇ ਵਿੱਚ ਚੇਤਨਾ ਹੈ ਉਹ ਵੀ ਆਪ ਹੈ ਸਭ ਕੁਝ ਆਪ ਹੈ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਡ ਦਿਖਾਦਾ ਉਹ ਖੇਲ ਹੈ ਉਹਦੀ ਇਹ ਤਾਂ ਹੈ ਸਚਾਈ ਜਦੋਂ ਕਿਸੇ ਨੂੰ ਦਰਸ਼ਨ ਹੋ ਜਾਂਦੇ ਨੇ ਉਹ ਸਚਾਈ ਦੇ ਅਨੁਭਵ ਹੋ ਜਾਂਦਾ ਹੈ ਜਿਹਨੂੰ ਕਹਿੰਦੇ ਆ ਰੱਬ ਨੂੰ ਮਿਲ ਗਿਆ ਤਾਂ ਉਹ ਪਹਿਲਾਂ ਇਹੀ ਗੱਲ ਕਹਿੰਦਾ ਕਿ ਮੈਂ ਨਹੀਂ ਹਾਂ ਜਾਂ ਕਹਿੰਵੀਂ ਸੰਸਾਰ ਨਹੀਂ ਹੈ ਦੇਖੋ ਮੈਂ ਨਹੀਂ ਹਾਂ ਜਾਂ ਕਹਿੰਵੀਂ ਸੰਸਾਰ ਨਹੀਂ ਹੈ ਉਹ ਕਹਿੰਦਾ ਹੈ ਇੱਥੇ ਇੱਕੋ ਹੀ ਜੋ ਵਾਹਿਗੁਰੂ ਹੈ ਪਰਮੇਸ਼ਰ ਹੈ ਉਹ ਇੱਕ ਤੋਂ ਅਨੇਕ ਹੋ ਕੇ ਆਪਣੀ ਖੇਲ ਖੇਡਦਾ ਦੂਜਾ ਕੋਈ ਹੋਰ ਹੈ ਹੀ ਨਹੀਂ ਹੁਣ ਗੁਰਬਾਨ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਨਾਨਕ ਮਹਾਰਾਜ ਸਮੇਰ ਪਰਬ ਉੱਤੇ ਗਏ ਨੇ ਸਿੱਧਾਂ ਨੂੰ ਜਾ ਕੇ ਮਿਲੇ ਨੇ ਉਹ ਸਿੱਧ ਜਿਹੜੇ ਸੀ ਨਾ ਬੜੇ ਬੜੇ ਸਾਧਨਪੱਖੀ ਸੀ ਉਹ ਬਹੁਤ ਵੱਡੇ ਸਾਧਨ ਕੀਤੇ ਸਿੱਧਾਂ ਨੇ ਬੜੀਆਂ ਸ਼ਕਤੀਆਂ ਹਾਸਲ ਕੀਤੀਆਂ ਉਹਨਾਂ ਨੇ ਰਾਜੇ ਮਹਾਰਾਜੇ ਸੇਵਕ ਸੀ ਉਹਨਾਂ ਸਿੱਧਾਂ ਦੇ ਤਾ ਕਿਉਂਗੇ ਗੁਰੂ ਨਾਨਕ ਮਹਾਰਾ ਜਥੇ ਉਹਨਾਂ ਕੋਲੇ ਉੱਥੇ ਇੱਕ ਵਿਚਾਰ ਹੋਈ ਬੜੀ ਵੱਡੀ ਉਹ ਗੁਰੂ ਗ੍ਰੰਥ ਸਾਹਿਬ ਅਰਜੀ ਦਰਜ ਹੈ ਸਿੱਧ ਗੋਸ਼ਟ ਦੇ ਨਾਂ ਤੇ ਸਿੱਧ ਗੋਸ਼ਟ ਸਿੱਧਾਂ ਨਾਲ ਗੋਸ਼ਟ ਹੋਈ ਵਿਚਾਰ ਹੋਈ ਡਿਸਕਸ਼ਨ ਹੋਈ ਉਹਦੇ ਵਿੱਚ ਗੁਰੂ ਨਾਨਕ ਮਹਾਰਾ ਕਹਿੰਦੇ ਨੇ ਭਾਈ ਸਿੱਧੋ ਇਹ ਸੰਸਾਰ ਨਹੀਂ ਹੈ ਇਹ ਵਹਿਗੁਰੂ ਹੈ ਇਹ ਪਰਮ ਆਤਮ ਹੈ ਇਹ ਅਕਾਲ ਪੁਰਖ ਹੈ ਇਹ ਸਤਚਿਤ ਆਨੰਦ ਹੈ ਦੂਜਾ ਕੋਈ ਹੋਰ ਹੈ ਹੀ ਨਹੀਂ ਤਾਂ ਜਦੋਂ ਉਹਨਾਂ ਨੇ ਇਹ ਸੁਣਿਆ ਨਵੀਂ ਗੱਲ ਸੁਣੀ ਉਹ ਕਹਿੰਦੇ ਵੀ ਜੇ ਉਹ ਆਪ ਹੀ ਅਕਾਲ ਪੁਰਖ ਹੈ ਤਾਂ ਇਥੇ ਤਾਂ ਦੁਖੀ ਦੁੱਖ ਨੇ ਸੰਸਾਰ ਚ ਦੁਨੀਆ ਬਹੁਤ ਦੁਖੀ ਆ ਦੁੱਖ ਕਿੱਥੋਂ ਆ ਗਿਆ ਉਹਦੇ ਵਿੱਚ ਉਹ ਤਾਂ ਸਤਚਿਤ ਆਨੰਦ ਹੈ ਉਹ ਚ ਦੁੱਖ ਕਿੱਥੋਂ ਆ ਗਿਆ ਫਿਰ ਦੁਨੀਆ ਕਿੰਨੀ ਦੁਖੀ ਆ ਸਾਡੇ ਕੋਲ ਆਉਂਦੇ ਨੇ ਤਾਂ ਮਹਾਰਾਜ ਨੇ ਉੱਥੇ ਉਹਨੂੰ ਗਿਆਨ ਦਿੱਤਾ ਮਹਾਰਾਜ ਕਹਿੰਦੇ ਉਹ ਛਲ ਬਛੌਨ ਨੇ ਸਿੱਧਾ ਨੇ ਕਹਿੰਦੇ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਹਿੰਦੇ ਜੇ ਤੂੰ ਕਹਿਣਾ ਕਿ ਇਹ ਸੰਸਾਰ ਨਹੀਂ ਹੈ ਫਿਰ ਪੈਦਾ ਕਿੱਥੋਂ ਹੋ ਗਿਆ ਜੇ ਤੁਸੀਂ ਕਹਿੰਦੇ ਹੋ ਪਰਮੇਸ਼ਰ ਹੀ ਹੈ ਇੱਕ ਤੋਂ ਅਨੇਕ ਹੋਇਆ ਹੋਇਆ ਤਾਂ ਫਿਰ ਜਗ ਕਿੱਥੋਂ ਪੈਦਾ ਹੋ ਗਿਆ ਕਹਿੰਦੇ ਕਿਤ ਕਿਤ ਵਿਦਜਗ ਉਪਜੈ ਪੁਰਖਾ ਸਵਾਲ ਕੀਤਾ ਕਹਿੰਦੇ ਫਿਰ ਸੰਸਾਰ ਕਿੱਥੋਂ ਪੈਦਾ ਹੁੰਦਾ ਕਿਤ ਵਿਦ ਦੁੱਖ ਬਿੰਸ ਜਾਈ ਇਹਦਾ ਦੁੱਖ ਪਿਆ ਹੋਇਆ ਜੀਵ ਨੂੰ ਸੰਸਾਰ ਨੂੰ ਦੁਖੀ ਰਾਜੇ ਦੁਖੀ ਨੇ ਗਰੀਬ ਦੁਖੀ ਨੇ ਅਮੀਰ ਦੁਖੀ ਨੇ ਸਭ ਦੁਖੀ ਨੇ ਤਨ ਦੇ ਦੁੱਖ ਨੇ ਮਨ ਦੇ ਦੁੱਖ ਨੇ ਧਨ ਦੇ ਦੁੱਖ ਨੇ ਸਮਾਜਿਕ ਦੁੱਖ ਨੇ ਕਿੰਨੇ ਦੁੱਖ ਨੇ ਇਹ ਦੁਖੀ ਦੁੱਖ ਤੋਂ ਆ ਗਿਆ ਕਿਤ ਕਿਤ ਵਿਦਜਗ ਉਪਜੈ purkha ਕਿਤ ਵਿਦ ਦੁੱਖ ਬਿੰਸ ਜਾਈ ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਪਿਆਰਿਓ ਹਉਮੈ ਵਿੱਚ ਜਗ ਉਪਜੈ purkha ਮਹਾਰਾਜ ਕਹਿੰਦੇ ਜਦੋਂ ਅਸੀਂ ਮੈਂ ਧਾਰਨ ਕਰਦੇ ਆ ਮੈਂ ਕਹਿੰਦੇ ਆ ਤਾਂ ਫਿਰ ਨਾਲ ਦੀ ਨਾਲ ਇਹ ਸੰਸਾਰ ਬਣ ਜਾਂਦਾ ਸਮਝੋ ਕਿੰਨੀ ਬਚਿੱਤਰ ਬਾਤ ਹੈ ਸਾਡੇ ਮੈਂ ਕਹਿਣ ਨਾਲ ਹੀ ਸੰਸਾਰ ਬਣ ਜਾਂਦਾ ਤੇ ਮੈਂ ਨਾ ਕਹਿਣ ਨਾਲ ਹੀ ਇਹ ਪਰਮੇਸ਼ਰ ਬਣ ਜਾਂਦਾ ਦ੍ਰਿਸ਼ਟੀ ਬਦਲ ਜਾਂਦੀ ਹੈ ਕਾਂਟਾ ਬਦਲ ਜਾਂਦਾ ਜਿਵੇਂ ਕੋਈ ਬੰਦਾ ਹਿੰਦੁਸਤਾਨ ਦੀ ਹੱਦ 'ਚ ਖੜਾ ਹੈ ਉਹ ਹਿੰਦੁਸਤਾਨੀ ਹੈ ਤੇ ਉਹਨੇ ਇੱਕ ਕਦਮ ਪਰੇ ਪਰਲੇ ਪਾਸੇ ਪੱਟ ਲਿਆ ਪਾਕਿਸਤਾਨ ਦੀ ਹੱਥ ਚ ਲਿਆ ਗਿਆ ਤੇ ਉਹ ਪਾਕਿਸਤਾਨੀ ਕੋ ਪਾਕਿਸਤਾਨ ਚ ਹੈ ਉਹ ਦੁਸ਼ਮਣ ਹੈ ਸਾਡਾ ਜੇ ਪਾਕਿਸਤਾਨ ਵਾਲੇ ਪਾਸੇ ਖੜਾ ਹੈ ਉਹ ਤਾਂ ਇੱਕ ਕਦਮ ਪੱਟਿਆ ਉਹਨੇ ਤਾਂ ਮਾਹੌਲ ਬਦਲ ਗਿਆ ਨਾ ਤੋਂ ਇਵੇਂ ਜਿਵੇਂ ਹੀ ਜਦੋਂ ਇਹ ਮੈਂ ਕਹਿੰਦਾ ਕਹਿੰਦੇ ਹਮੈ ਵਿੱਚ ਜਗ ਉਪਜੈ ਪੁਰਖਾ ਕਹਿੰਦੇ ਪਿਆਰਿਓ ਇਹ ਹੈ ਤਾਂ ਪਰਮੇਸ਼ਰ ਹੀ ਪਰ ਜਦੋਂ ਇਹ ਜੀਵ ਕਹਿੰਦਾ ਮੈਂ ਹਾਂ ਤਾਂ ਉਦੋਂ ਫਿਰ ਇਹ ਸੰਸਾਰ ਬਣ ਜਾਂਦਾ ਚ ਦੁੱਖ ਵੀ ਨੇ ਸੁੱਖ ਵੀ ਨੇ ਲੜਾਈਆਂ ਝਗੜੇ ਵੀ ਨੇ ਬੜਾ ਕੁਛ ਆ ਦੇ ਵਿੱਚ ਜਦੋਂ ਇਹ ਕਹਿੰਦਾ ਮੈਂ ਨਹੀਂ ਹਾਂ ਤਾਂ ਜਦੋਂ ਕਹਿੰਦਾ ਮਾਰੇ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਾਡੇ ਮੈਂ ਕਹਿਣ ਨਾਲ ਹੀ ਅਸੀਂ ਫਸ ਜਾਂਦੇ ਆ ਤੋ ਇਹ ਜਿਹੜੀ ਵਿਚਾਰ ਹੈ ਬੜੀ ਉੱਚੀ ਵਿਚਾਰ ਹੈ ਬ੍ਰह्म ਗਿਆਨ ਦੀ ਇਹ ਸਾਡੇ ਹজম ਹੋਣ ਵਾਲੀ ਨਹੀਂ ਹੈ ਪਰ ਇਹ ਇਸ ਵਿਚਾਰ ਵਿੱਚ ਦਾਸ ਕਈ ਸਾਲ ਮਹਾਪੁਰਸ਼ਾਂ ਨਾਲ ਇਸੇ ਮਾਹੌਲ 'ਚ ਰਿਹਾ ਹੈ ਉਹ ਵਿਚਾਰ ਅੰਦਰ ਚਲੀ ਜਾਂਦੀ ਹੈ ਸਾਡੇ ਅਨਕੌਂਸ਼ੀਅਸ ਮਾਈਂਡ 'ਚ ਚਲੀ ਜਾਂਦੀ ਹੈ ਅਚੇਤ ਮਨ 'ਚ ਚਲੀ ਜਾਂਦੀ ਹੈ ਫਿਰ ਉੱਥੋਂ ਇਹਨੂੰ ਜੀਵਨ ਮਿਲਦਾ ਉੱਥੋਂ ਕਮਾਂਡ ਆਉਂਦੀ ਹੈ ਇਹਦਾ ਵਿਚਾਰ ਇਹਦੀਆਂ ਗੱਲਾਂ ਇਹਦਾ ਜੀਵਨ ਲੋਕਾਂ ਨਾਲ ਵਿਚਰਨਾ ਉੱਥੋਂ ਫਿਰ ਹੁੰਦਾ ਪਿਆਰ ਆ ਜਾਂਦਾ ਅੰਦਰ ਨਿਮਰਤਾ ਵਿਚਾਰ ਧੀਰਜ ਸੰਤੋਖ ਦਇਆ ਬੜਾ ਕੁਝ ਆ ਜਾਂਦਾ ਜਿਹਦੇ ਅੰਦਰ ਉਹ ਵਸ ਜਾਂਦਾ ਨਾ ਜਿਸ ਮਨ ਵਸਿਆ ਸੋਏ ਉਹ ਅੰਦਰ ਵਸ ਜਾਂਦਾ ਜਦੋਂ ਤਾਂ ਵਿਸ਼ਵਾਸ ਆ ਜਾਂਦਾ ਬਹੁਤ ਜ਼ਿਆਦਾ ਉਹਦੇ ਉੱਤੇ ਤੁਸੀਂ ਵਿਚਾਰ ਕਰਦੇ ਹੋਵੋਗੇ ਵੀ ਜਿੰਨਾ ਚਿਰ ਕਿਸੇ ਨੂੰ ਦਰਸ਼ਨ ਨਹੀਂ ਹੋਏ ਉਹ ਇੰਨੀ ਸਟੀਕ ਗੱਲ ਇੰਨੀ ਵਿਸ਼ਵਾਸ ਨਾਲ ਗੱਲ ਕਿਉਂ ਕਰ ਕਿਵੇਂ ਕਰ ਸਕਦਾ ਹੈ ਪਿਆਰੋ ਦਰਸ਼ਨ ਦੀ ਗੱਲ ਜਿੱਥੇ ਤੱਕ ਹੈ ਨਾ ਦਰਸ਼ਨ ਦੀ ਗੱਲ ਵੀ ਰੱਬ ਦਰਸ਼ਨ ਹੋਏ ਕਿ ਨਹੀਂ ਹੋਏ ਅਨੁਭਵ ਹੋਇਆ ਕਿ ਨਹੀਂ ਹੋਇਆ ਉਹਦੇ ਦਰਸ਼ਨ ਕਿਸ ਤਰ੍ਹਾਂ ਹੁੰਦੇ ਨੇ ਕਿਵੇਂ ਦਰਸ਼ਨ ਹੁੰਦੇ ਨੇ ਉਹਦੇ ਉਹ ਕਿਸ ਤਰ੍ਹਾਂ ਦਾ ਹੈ ਇਹ ਵਿਚਾਰ ਆਪਾਂ ਅਗਲੀਆਂ ਵੀਡੀਓ ਚ ਜਰੂਰ ਸਾਂਝੀ ਕਰਾਂਗੇ ਆਪਣੇ ਦਾਸ ਦੇ ਅਨੁਭਵ ਵੀ ਸਾਂਝੇ ਕਰਾਂਗੇ ਤੇ ਅੱਜ ਦੀ ਜਿਹੜੀ ਵਿਚਾਰ ਹੈ ਉਹ ਹੈ ਕਿ ਇਹ ਸੰਸਾਰ ਜੋ ਸਾਨੂੰ ਦਿਸਦਾ ਨਾ ਇਹ ਸੰਸਾਰ ਨਹੀਂ ਹੈ ਇਹ ਉਸ ਇੱਕਦਾਈ ਫੈਲਿਆ ਹੋਇਆ ਰੂਪ ਹੈ ਉਹ ਇੱਕ ਤੋਂ ਅਨੇਕ ਹੋਇਆ ਹੋਇਆ ਤਾਂ ਉਹ ਸਿੱਧਾਂ ਨੇ ਜਦੋਂ ਪੁੱਛਿਆ ਮਾਰੇ ਕਹਿੰਦੇ ਭਾਈ ਮੈਂ ਦੇ ਅਧੀਨ ਜੋ ਅਸੀਂ ਮੈਂ ਕਹਿੰਨੇ ਹਾਂ ਤਾਂ ਉਦੋਂ ਫਿਰ ਮੇਰਾ ਵੀ ਬਣ ਜਾਂਦਾ ਹੈ ਮੈਂ ਦੇ ਨਾਲ ਮੇਰਾ ਜੁੜਿਆ ਹੋਇਆ ਤੇ ਮੇਰੇ ਵਿੱਚ ਸਾਰਾ ਸੰਸਾਰ ਹੈ ਦੁਸ਼ਮਣ ਨੇ ਮਿੱਤਰ ਨੇ ਆਪਣੇ ਨੇ ਬਗਾਨੇ ਨੇ ਸਭ ਕੁਝ ਸ਼ੁਰੂ ਹੋ ਜਾਂਦਾ ਇੱਥੇ ਜਿੱਥੇ ਅਸੀਂ ਮੇਰਾ ਨਹੀਂ ਕਹਿੰਦੇ ਉਸੇ ਦੁੱਖ ਹੀ ਨਹੀਂ ਹੈ ਕੋਈ ਇੱਕ ਆਪਾਂ ਉਦਾਹਰਣ ਲੈਨੇ ਆ ਉਹ ਚ ਗੱਲ ਕਾਫੀ ਸਮਝ ਜਾਏਗੀ ਇੱਕ ਕੋਈ ਬਜ਼ੁਰਗ ਪਤੀ ਪਤਨੀ ਵਿਲੇ ਹੋ ਗਏ ਆਪਣੇ ਖਰੇ ਕਾਰਜ ਕਰਕੇ ਬੱਚਿਆਂ ਨੂੰ ਸੰਭਾਲਦਾ ਸਾਰਾ ਕੰਮ ਕਰ ਬੀਟਨ ਸੰਭਾਲਦਾ ਪੋਤੇ-ਪੋਤਰੀਆਂ ਚ ਖੇਡਦੇ ਨੇ ਤੇ ਸੋਚਿਆ ਵੀ ਆਪਾਂ ਹੁਣ ਤੀਰਥ ਯਾਤਰਾ ਕਰਕੇ ਆਈਏ ਉਹ ਤੀਰਥ ਯਾਤਰਾ ਕਰਨ ਚਲੇ ਗਏ 2 ਮਹੀਨੇ 3 ਮਹੀਨੇ 6 ਮਹੀਨੇ ਬਹੁਤ 3 68 ਤੀਰਥ ਨੇ ਸਾਡੇ ਹਿੰਦੁਸਤਾਨ ਚ ਗਿਣेंगे ਉਹ ਯਾਤਰਾ ਕਰਦੇ ਰਹੇ ਕਰਦੇ ਰਹੇ ਤਾਂ ਜਦੋਂ ਉਹ 6 ਮਹੀਨੇ ਬਾਅਦ ਵਾਪਸ ਆਏ ਆਪਣੇ ਜਿੱਥੇ ਘਰ ਸੀ ਉੱਥੇ ਬਾਹਰ ਪਹੁੰਚੇ ਤਾਂ ਦੇਖਿਆ ਕਿ ਉਸ ਘਰ ਦੇ ਵਿੱਚੋਂ ਲਪਟਾਂ ਨਿਕਲ ਰਹੀਆਂ ਨੇ ਅੱਗ ਦੀਆਂ ਅੱਗ ਲੱਗੀ ਹੋਈ ਆ ਇਕੱਠ ਹੋਇਆ ਹੋਇਆ ਲੋਕ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਸੇਠ ਤੇ ਸਠਣ ਜਿਹੜੇ ਸੀ ਦੋਨੇ ਉਹ ਉੱਚ ਉੱਚ ਧੋਣ ਲੱਗੇ ਤਾਹਾਂ ਮਾਰ ਲੱਗੇ ਲੋਕੋ ਅੱਗ ਬੁਝਾਓ ਇਸ ਘਰ 'ਚ ਮੇਰੇ ਬੱਚੇ ਨੇ ਮੇਰੀਆਂ ਪੋਤਿਆਂ ਪੋਤੀਆਂ ਪੋਤੇ ਪੋਤੀਆਂ ਨੇ ਮੇਰਾ ਬੇਟਾ ਹੈ ਮੇਰੀ ਨੂੰਹ ਹੈ ਬੁਝਾਓ ਰੋਂਦੇ ਨੇ ਉੱਚੀ ਉੱਚੀ ਚੀਕਾਂ ਮਾਰਦੇ ਨੇ ਮਿੰਤਾ ਕਰ ਲੁੱਕ ਕੇ ਹੱਥ ਜੋੜਦੇ ਨੇ ਲੋਕ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਭੀੜ ਵਿੱਚੋਂ ਇੱਕ ਬੰਦਾ ਆਉਂਦਾ ਕਹਿੰਦਾ ਤੁਸੀਂ ਰੋਨੇ ਕਿਉਂ ਸੇਠ ਜੀ ਕਹਿੰਦਾ ਮੇਰੇ ਘਰ ਨੂੰ ਅੱਗ ਲੱਗੀ ਸਾਡੇ ਬੱਚੇ ਵਿੱਚ ਨੇ ਉਹ ਕਹਿੰਦਾ ਸੇਠ ਜੀ ਤੁਸੀਂ ਤਾਂ ਗਏ ਹੋ ਸੀ ਤੀਰਥ ਸਾਨ ਤੇ ਪਿਛੋਂ ਤੁਹਾਡੇ ਬੇਟੇ ਨੇ ਇਹ ਮਕਾਨ ਵੇਚਤਾ ਸੀ ਅੱਛਾ ਮਿਹਰਤਾ ਸੀ ਕਹਿੰਦਾ ਹਾਂ ਵੇਚ ਦਿੱਤਾ ਸੀ ਲਓ ਜੀ ਇੰਨੀ ਗੱਲ ਸੁਣੀ ਤਾਂ ਉਹ ਚੁੱਪ ਕਰ ਗਏ ਚਲੋ ਵੇਚਤਾ ਸੀ ਤਾਂ ਮਰ ਵੇਚਤਾ ਤਾਂ ਵੇਚਤਾ ਦਾਡ ਸੁਣ ਹੈ ਨਹੀਂ ਸੀ ਉਹ ਦੀ ਚੁੱਪ ਕਰ ਗਏ ਚੁੱਪ ਕਰਕੇ ਜੀ ਪਿੱਛੇ ਹਟ ਗਏ ਨਾਕਸ ਨੂੰ ਕਹਿ ਰਹੇ ਨੇ ਬੁਝਾਓ ਨਾਕਸ ਰੋ ਰਹੇ ਨੇ ਨਾ ਕੁਛ ਪਿੱਛੇ ਖੁਸ਼ ਖੁਸ਼ ਹੋ ਗਏ ਕਲ ਵੀ ਖੁਸ਼ ਹੋ ਗਏ ਵੀ ਉਹਨੇ ਮਕਾਨੇ ਵੇਚ ਕੇ ਕਿਤੇ ਹੋਰ ਲੈ ਲਿਆ ਹੁਣ ਆਪਾਂ ਉੱਥੇ ਚੱਲਦੇ ਹਾਂ ਠੀਕ ਐ ਅੱਧ ਲੱਗੀ ਅੱਲਗੀ ਰਹਿਣ ਦੇ ਠੋਕ ਕੋਈ ਮਨ ਤ ਦੁੱਖ ਨਹੀਂ ਆ ਰਿਹਾ ਜਿਹੜਾ 2 ਮਿੰਟ ਪਹਿਲਾਂ ਦੁੱਖ ਲੱਗ ਰਿਹਾ ਸੀ ਉਹ ਇੱਕ ਗੱਲ ਸੁਣ ਕੇ ਕਿ ਤੁਹਾਡਾ ਨਹੀਂ ਹੈ ਖੁਸ਼ ਹੋ ਗਿਆ ਮਨ ਵੀ ਬਚ ਕੇ ਸਾਡੇ ਵਿੱਚ ਤਾਂ ਉਹ ਜੇ ਪਿੱਛੇ ਮੁੜਨ ਲੱਗੇ ਸੀ ਤਾਂ ਇੱਕ ਭੀੜ ਚੋਂ ਸ਼ਖਸ ਆਇਆ ਕਹਿੰਦਾ ਸੇਖ ਜੀ ਤੁਹਾਡੇ ਬੱਚੇ ਘਰ ਚ ਘਰੇ ਹੋਏ ਨੇ ਅੱਗ ਲੱਗੀ ਹੋਈ ਆ ਤੁਸੀਂ ਪਿੱਛੇ ਕਿੱਧਰ ਜਾ ਰਹੇ ਹੋ ਤੁਸੀਂ ਉਹ ਕਹਿੰਦਾ ਨਹੀਂ ਨਹੀਂ ਸਾਡੇ ਬੱਚੇ ਤਾਂ ਮਕਾਨ ਵੇਚਦਾ ਸੀ ਉਹ ਕਹਿੰਦਾ ਸੇਰ ਜੀ ਮੈਨੂੰ ਪੱਕਾ ਪਤਾ ਮਕਾਨ ਵੇਚਦਾ ਸੀ ਪਰ ਅਜੇ ਰਿਸ਼ਤੀ ਨਹੀਂ ਸੌਦਾ ਹੋ ਗਿਆ ਸੀ ਰਿਸ਼ਤੀ ਨਹੀਂ ਹੋਈ ਤੁਹਾਡੇ ਬੱਚੇ ਅਜੇ ਵਿੱਚ ਹੀ ਰਹਿੰਦੇ ਸੀ ਇਹਦੇ ਮਕਾਨ ਦੇ ਮੈਨੂੰ ਪਤਾ ਜਿਉਂ ਹੀ ਉਹਨੇ ਇਹ ਗੱਲ ਸੁਣੀ ਦੋਨੇ ਫੇਰ ਆਉਣ ਲੱਗੇ ਫੇਰ ਚਿੱਕਾ ਮਾਰ ਲੱਗੇ ਬਚਾਓ 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 ਦੁਖੀ ਕਰ ਲੌਣ ਲੱਗੇ ਬਹੁਤ ਚੁੱਚੀ ਰੋ ਰਹੇ ਨੇ ਤਾਂ ਇੰਨਾਂ ਨੂੰ ਭੀੜ ਵਿੱਚੋਂ ਇੱਕ ਹੋਰ ਬੰਦਾ ਆਇਆ ਕਹਿੰਦਾ ਸਿਹੜੀ ਰੋਨੇ ਕਿਉਂ ਇੰਨਾ ਕਰੋ ਰਹੇ ਹੋ ਕਿ ਸਾਡਾ ਮਕਾਨ ਜਲ ਰਿਹਾ ਸਾਡੇ ਬੱਚੇ ਵਿੱਚ ਨੇ ਬਚਾਓ ਬਚਾਓ ਉਹ ਕਹਿੰਦਾ ਜੀ ਤੁਹਾਡੇ ਬੱਚੇ ਨੇ ਮਕਾਨ ਵੇਚਤਾ ਸੀ ਉਹ ਕਹਿੰਦਾ ਵੀ ਆ ਤਾਂ ਕਹਿੰਦਾ ਵੀ ਅਜੇ ਵਿੱਚ ਨਹੀਂ ਨਹੀਂ ਵਿੱਚ ਨਹੀਂ ਸੀ ਰਹਿੰਦੇ ਉਹ ਮਕਾਨ ਵਿਗਿਆ ਸੀ ਰਿਸ਼ਤੀ ਹੋ ਗਈ ਸੀ ਪੈਸੇ ਮਿਲ ਗਏ ਸੀ ਤੁਹਾਡੇ ਬੱਚੇ ਨੇ ਉਹ ਸ਼ਹਿਰ ਦੇ ਮਕਾਨ ਖਰੀਦ ਲੈਣ ਨੂੰ ਕੀ ਪਤਾ ਮੈਂ ਤਾਂ ਨਾਲ ਕਲਾ ਕੇ ਆਇਆ ਸਭ ਕੁਝ ਅੱਛਾ ਉਹ ਫੇਰ ਫੇਰ ਖੁਸ਼ ਹੋ ਗਿਆ ਹੁਣ ਸਾਧ ਸੰਗ ਆਪਾਂ ਜੇ ਵਿਚਾਰ ਕਰੀਏ ਦੇਖੀਏ ਤਾਂ ਉਹਨਾਂ ਨੂੰ ਉਸ ਮਕਾਨ ਨਾਲ ਜਲਨ ਨਾਲ ਕੋਈ ਮਤਲਬ ਨਹੀਂ ਹੈ ਮਤਲਬ ਹੈ ਆਪਣੇ ਨਾਲ ਵੀ ਮੇਰਾ ਸੀ ਤਾਂ ਦੁੱਖ ਹੈ ਮੇਰਾ ਨਹੀਂ ਤਾਂ ਕੋਈ ਕੋਈ ਫਰਕ ਨਹੀਂ ਪੈਂਦਾ ਮੈਂ ਦੇ ਵਿੱਚ ਹੀ ਦੁੱਖ ਖੜਾ ਹੈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰੇ ਦੁੱਖ ਜਾਈ ਉਹ ਕਹਿੰਦੇ ਇਹ ਮੈਂ ਦੇ ਅਧੀਨ ਸੰਸਾਰ ਪੈਦਾ ਹੋ ਜਾਂਦਾ ਹੈ ਮੈਂ ਦੇ ਅਧੀਨ ਦੁੱਖ ਪੈਦਾ ਹੋ ਜਾਂਦਾ ਹੈ ਮੈਂ ਦੇ ਅਧੀਨ ਆਪਣੇ ਬਗਾਨੇ ਪੈਦਾ ਹੋ ਜਾਂਦੇ ਨੇ ਇਸ ਮੈਂ ਨੂੰ ਖਤਮ ਕਰਨ ਨਾਲ ਖਤਮ ਕਿਵੇਂ ਹੋਏਗੀ ਜਦੋਂ ਇਹਦੀ ਸੁਰਤ ਨਾਮ ਚ ਚਲੀ ਜਾਏਗੀ ਨਾਮ ਹੈ ਪਰਿਪੂਰਨ ਸ਼ਕਤੀ ਪਰਮ ਚੇਤਨ ਸਰਵ ਸ਼ਕਤੀਮਾਨ ਜਿੱਦੀ ਜਿੱਦੀ ਜਿਹੜਾ ਫੈਲਿਆ ਹੋਇਆ ਜਤਰ ਤਤਰ ਉਹ ਪਿਆਰ ਸਰੂਪ ਉਹ ਸਰੂਰ ਉਹ ਆਨੰਦ ਉਹ ਮਸਤੀ ਉਹ ਪਰਮ ਸ਼ਕਤੀ ਜਿਨੇ ਸਾਰੀਆਂ ਧਰਤੀਆਂ ਖੜਾਈਆਂ ਪਈਆਂ ਨੇ ਉਹ ਘੁਮਾ ਰਿਹਾ ਕਿਸੇ ਨੂੰ ਸਾਨੂੰ ਘੁਮਾ ਰਿਹਾ ਜੀਵਾਂ ਨੂੰ ਘੁਮਾ ਰਿਹਾ ਚੰਦ ਸੂਰਜ ਨੂੰ ਘੁਮਾ ਰਿਹਾ ਧਰਤੀਆਂ ਨੂੰ ਘੁਮਾ ਰਿਹਾ ਨਾਮ ਸ਼ਕਤੀ ਉਸ ਸ਼ਕਤੀ ਨਾਲ ਸਾਡੀ ਜਦੋਂ ਸੁਰਤ ਲੱਗ ਜਾਏਗੀ ਜੁੜ ਜਾਏਗੀ ਜਿੰਨੂੰ ਕਹਿੰਦੇ ਨੇ ਸ਼ਬਦ ਸੁਰਤ ਦਾ ਮਾਰਗ ਜਿਹੜਾ ਸ਼ਬਦ ਸੁਰਤ ਦਾ ਮੇਲ ਗੁਰਬਾਣੀ ਚ ਕਿਹਾ ਹੈ ਸ਼ਬਦ ਸਵਰਤ ਬਿਨ ਆਈਏ ਜਾਈਏ ਜਿੰਨਾ ਚਿਰ ਸਾਡੀ ਸੁਰਤ ਜਿਹੜੀ ਹੈ ਉਹ ਉਲਟ ਕੇ ਸੰਸਾਰ ਵੱਲੋਂ ਉਲਟ ਕੇ ਉਸ ਸ਼ਬਦ ਨਾਲ ਨਹੀਂ ਜੁੜਦੀ ਜਿਹੜਾ ਸਾਰੇ ਸਰੀਰਾਂ ਦੇ ਅੰਦਰ ਗੂੰਜ ਰਿਹਾ ਹੈ ਜਿਹਨੂੰ ਕਿਹਾ ਸਬ ਘਟ ਤਿਸਕੇ ਉਹ ਕਰਨਹਾਰ ਸਾਰੇ ਸਰੀਰਾਂ ਦੇ ਅੰਦਰ ਉਹ ਆਪਣੀ ਖੇਲ ਚਲਾ ਰਿਹਾ ਹੈ ਉਸ ਸ਼ਬਦ ਨਾਲ ਸਾਡੀ ਸੁਰਤ ਅੰਤਰਮ ਹੋ ਕੇ ਨਹੀਂ ਜੁੜਦੀ ਉਹ ਅਨੁਭਵ ਨਹੀਂ ਹੁੰਦਾ ਉਹਨਾਂ ਚ ਇਹ ਸਾਡੇ ਵਾਸਤੇ ਸੰਸਾਰ ਹੀ ਰਹੇਗਾ ਪਰਮੇਸ਼ਰ ਨਹੀਂ ਬਣੇਗਾ ਦੁੱਖ ਹੀ ਰਹੇਗਾ ਬਿਮਾਰੀਆਂ ਰਹਿਣਗੀਆਂ ਕਲੇਸ਼ ਹੀ ਰਹਿਣਗੇ ਝਗੜੇ ਹੀ ਰਹਿਣਗੇ ਜਿੱਦਨ ਇਹਦੀ ਸੁਰਤ ਉਲਟ ਕੇ ਅੰਦਰ ਚਲੀ ਗਈ ਹੁਣੇ ਸਾਰੇ ਧਰਮ ਕਰਮ ਸੇਵਾ ਸਿਮਰਨ ਕੀਰਤਨ ਕਥਾ ਵਿਚਾਰਾਂ ਚਿੰਟੇ ਖੜਕਦੇ ਨੇ ਤਬਲੇ ਖੜਕਦੇ ਨੇ ਇਹ ਸਾਰਾ ਕੁਝ ਇਹਦੀ ਸੁਰਤ ਨੂੰ ਅੰਦਰ ਧੱਕਣ ਵਾਸਤੇ ਹੈ ਵੀ ਕਿਸੇ ਤਰੀਕੇ ਨਾਲ ਇਹਦਾ ਮਨ ਮੰਨ ਜਾਵੇ ਵੀ ਹਾਂ ਮੈਂ ਆਪਣੇ ਅੰਤਰਮੁਖ ਦੇਖਾਂ ਮੈਂ ਕੌਣ ਹਾਂ ਕਿਹੜੀ ਸ਼ਕਤੀ ਮੈਨੂੰ ਚਲਾ ਰਹੀ ਹੈ ਆਤਮ ਚਿੰਤਨ ਕਰਾਂ ਇਹ ਵਿਚਾਰਾਂ ਨੇ ਸੋ ਪਿਆਰਿਓ ਬੜਾ ਕੁਸ਼ ਹੈ ਬੜਾ ਕੁਸ਼ ਹੈ ਵਿਚਾਰਨ ਵਾਸਤੇ ਆਪਾਂ ਜਿਹੜੀਆਂ ਅਗਲੇ ਅੱਗੇ ਵੀਡੀਓ ਬਣਾਵਾਂਗੇ ਉਹਦੇ ਵਿੱਚ ਸਾਰੇ ਹੀ ਪੁਆਇੰਟ ਨਿੱਕ ਤੋਂ ਲੈ ਕੇ ਵੱਡਾ ਗੁਰਬਾਣ ਚ ਜੋ ਦੱਸਿਆ ਗਿਆ ਸਾਡੇ ਜਿਸ ਨਾਲ ਸਾਡੀ ਸੁਰਤ ਅੰਤਰਮੁਖ ਹੋ ਜਾਵੇ ਬਸ ਉਸ ਸੱਚ ਤੱਕ ਪਹੁੰਚ ਜਾਵੇ ਗੱਲ ਕੁਝ ਵੀ ਨਹੀਂ ਹੈ ਏਡਾ ਲੰਮਾ ਸਫ਼ਰ ਨਹੀਂ ਹੈ ਸਫ਼ਰ ਤਾਂ ਤਾਂ ਲੰਮਾ ਹੋਵੇ ਕਿਤੇ ਦੂਰ ਜਾਣਾ ਹੋਵੇ ਅੰਦਰ ਹੀ ਜਾਣਾ ਆਪਣੇ ਤੇ ਆਪਣੇ ਆਪ ਤੱਕ ਹੀ ਪਹੁੰਚਣਾ ਕਿੰਨਾ ਲੰਮਾ ਸਫ਼ਰ ਹੋਊਗਾ ਏ ਇੰਨੇ ਆਪ ਆਪਣੇ ਆਪ ਤੱਕ ਪਹੁੰਚਣਾ ਹੈ ਇਹਦੇ ਅੰਦਰ ਤੱਕ ਪਹੁੰਚਣਾ ਹੈ ਪਰ ਸਫ਼ਰ ਲੰਬਾ ਉਦੋਂ ਹੋ ਜਾਂਦਾ ਜਦੋਂ ਅਸੀਂ ਤੁਰਦੇ ਨਹੀਂ ਹੈ ਜੋ ਤੁਰਦੇ ਨਹੀਂ ਹੈ ਅਸੀਂ ਫਿਰ ਸਫ਼ਰ ਦਾ ਲੰਬਾ ਹੋਏਗਾ ਚਾਹੇ ਅਸੀਂ 100 ਗੱਜ ਤੱਕ ਜਾਣਾ ਹੋਵੇ ਜੇ ਤੁਰੇ ਨਹੀਂ ਹੈ ਫਿਰ ਲੰਬਾ ਨਾ ਫਿਰ ਚਾਹੇ ਅਸੀਂ ਜੇ ਨਹੀਂ ਤੁਰਿਆ 100 ਸਾਲ ਨੇ ਪਹੁੰਚਾਂਗੇ 100 ਗੱਜ ਜੇ ਤੁਰ ਪਏ ਤਾਂ ਅਸੀਂ ਜਲਦੀ ਪਹੁੰਚ ਜਾਵਾਂਗੇ ਸੋ ਇਹ ਜੋ ਦਾਸ ਨੂੰ ਮਹਾਂਪੁਰਸ਼ ਦਾ ਹੁਕਮ ਹੋਇਆ ਹੈ ਉਪਰਾਲ ਐਂ ਕਹਿ ਲੋ ਵੀ ਜਿਵੇਂ ਦਾਸ ਵੀ ਸਟੂਡੈਂਟ ਹੈ ਆਪਦੇ ਵਾਂਗੂ ਹੀ ਪਰ ਕਈ ਵਾਰੀ ਸਕੂਲਾਂ ਕਾਲਜਾਂ ਵਾਲੇ ਕਿਸੇ ਸਟੂਡੈਂਟ ਨੂੰ ਦੇਖ ਕੇ ਵੀ ਵਧੀਆ ਕੰਮ ਕਰ ਰਿਹਾ ਹੈ ਉਹਨੂੰ ਪੜ੍ਹਾਈ ਦੇ ਨਾਲ ਨਾਲ ਸਕੂਲ ਵਿੱਚ ਛੋਟੀ ਮੋਟੀ ਨੌਕਰੀ ਵੀ ਦੇ ਦਿੰਦੇ ਹੁੰਦੇ ਨੇ ਦੇਖਿਆ 10 ਨੇ ਕਈ ਵਾਰੀ ਉਹੀ ਬੱਚਾ ਕਾਲਜ ਪੜ੍ਹ ਰਿਹਾ ਤੇ ਨਾਲ ਕਿਸੇ ਕਲਰਕ ਦੀ ਜੋਬ ਜਾਂ ਕੋਈ ਹੋਰ ਜੋਬ ਵੀ ਕਰ ਰਿਹਾ ਸਕੂਲ ਕਾਲਜ ਤੋਂ ਐਵੇਂ ਜਿਵੇਂ 10 ਵੀ ਸਟੂਡੈਂਟ ਹੈ 10 ਵੀ ਆਪਣੀ ਸੁਰਤ ਦਾ ਜੋ ਮਾਰਗ ਹੈ ਉੱਤੇ ਚੱਲਿਆ ਹੋਇਆ ਤੇ ਕਦੇ ਛੋਟਾ ਅਨੁਭਵ ਕਦੇ ਹੋਰ ਅਨੁਭਵ ਸਮੇਂ-ਸਮੇਂ ਤੇ ਹੁੰਦੇ ਆਏ ਨੇ ਪਿਛਲੇ 20-25 ਸਾਲਾਂ ਵਿੱਚ ਤੇ ਨਾਲ ਦੀ ਨਾਲ ਮਹਾਂਪੁਰਸ਼ਾਂ ਵੱਲੋਂ ਹੁਕਮ ਹੋ ਗਿਆ ਵੀ ਜੋ ਤੁਸੀਂ ਵਿਚਾਰਾਂ ਸੁਣੀਆਂ ਨੇ ਗੁਰਬਾਣੀਆਂ ਦੀਆਂ ਬਾਰੀਕ ਵਿਚਾਰਾਂ ਸਿਧਾਂਤਾਂ ਦੀਆਂ ਗੱਲਾਂ ਸਾਧਨ ਦੀਆਂ ਗੱਲਾਂ ਪਿਆਰ ਦੀਆਂ ਬਾਤਾਂ ਜਿਹੜੀਆਂ ਸਾਡੀ ਸੁਰਤ ਨੂੰ ਅੰਦਰ ਲੈ ਜਾਵੇ ਉਹ ਸੰਗਤਾਂ ਸਾਂਝੀਆਂ ਕਰਨੀਆਂ ਨੇ ਸੋ ਅੱਜ ਦੀ ਇਹ ਵੀਡੀਓ ਆਪਾਂ ਇਸ ਇਸ ਤਰ੍ਹਾਂ ਪਾਈ ਹੈ ਵੀ ਭਾਈ ਇਹ ਜਿਹੜਾ ਸੰਸਾਸ਼ਨ ਦਿਸਦਾ ਹੈ ਇਹ ਹਰੀ ਮੈਂ ਕਰਕੇ ਦਿਸਦਾ ਹੈ ਮੈਂ ਇਹਨੂੰ ਖਤਮ ਕਰਨਾ ਹੈ ਬਸ ਮੈਂ ਇਹਨੂੰ ਖਤਮ ਕਰਨ ਦੇ ਤਰੀਕੇ ਲੱਖਾਂ ਨੇ ਹਜ਼ਾਰਾਂ ਨੇ ਉਹ ਕਿਹੜੇ-ਕਿਹੜੇ ਤਰੀਕੇ ਨੇ ਆਪਾਂ ਆਉਣ ਵਾਲੀ ਵੀਡੀਓ ਚ ਸਾਂਝੀਆਂ ਕਰਾਂਗੇ ਗਾਫਤਾਂ ਹੋਈਆਂ ਭੁੱਲਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ